ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ। ਬਟਾਲਾ ਸ਼ਹਿਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਆ ਜਿਹਦਾ ਨਾਂ ਚੋਣਾ ਪਿੰਡ ਆ। ਉਹ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਪੈਂਦਾ ਹੈ ਤੇ ਉਹ ਮਹਿਤਾ ਚੌਂਕ ਦੇ ਲਾਗੇ ਆ। ਅੱਜ ਅਸੀਂ ਉਹਦੇ ਵਿੱਚ ਵਸੇ ਇੱਕ ਹਵੇਲੀ ਦੀ ਗੱਲ ਕਰਾਂਗੇ ਜਿਸ ਵਿੱਚ 1890 ਵਿੱਚ ਦੋ ਭਰਾ ਰਹਿੰਦੇ ਸੀ ਜਿਨ੍ਹਾਂ ਦਾ ਨਾਂ ਗੁਰਦਿੱਤ ਸਿੰਘ ਤੇ ਹਾਕਮ ਸਿੰਘ ਸੀ। ਆ ਦੋਵੇਂ ਗਰੀਬ ਪਰਿਵਾਰ ਤੋਂ ਸੀ ਤੇ ਦੋਵੇਂ ਸਾਰਾ ਸਾਰਾ ਦਿਨ ਗਾਈਆਂ ਮੱਝਿਆਂ ਨੂੰ ਚਰਾਉਂਦੇ ਰਹਿੰਦੇ ਸੀ। ਇਹਨਾਂ ਦੇ ਘਰ ਦੁੱਧ ਤੇ ਘਿਓ ਦੀ ਕੋਈ ਕਮੀ ਨਹੀਂ ਸੀ। ਇਹ ਖਾਣ ਪੀਣ ਦੇ ਬਹੁਤ ਸ਼ੌਕੀਨ ਸੀ ਤੇ ਸ਼ਾਮ ਦੇ ਟਾਈਮ ਇਹ ਆਪਣੇ ਦੋਸਤਾਂ ਨਾਲ ਬਹਿ ਕੇ ਕੁਸ਼ਤੀ ਵੀ ਕਰਦੇ ਸੀ। ਵੇਖਦੇ ਹੀ ਵੇਖਦੇ ਇਹ ਕਲਕੱਤਾ ਦੇ ਹੋਣ ਵਾਲੇ ਇੱਕ ਕੁਸ਼ਤੀ ਪ੍ਰੋਗਰਾਮ ਵਿੱਚ ਗਏ। ਉੱਥੇ ਇਹ ਗੋਰਿਆਂ ਦੀ ਨਜ਼ਰ ਵਿੱਚ ਆ ਗਏ। ਫਿਰ ਹੌਲੀ ਹੌਲੀ ਇਹ ਮਸ਼ਹੂਰ ਹੋ ਗਏ ਤੇ ਇੱਕ ਕਲੱਬ ਵੱਲੋਂ ਇਹ ਇੰਡੋਨੇਸ਼ੀਆ ਵਿੱਚ ਵੀ ਕੁਸ਼ਤੀ ਖੇਡ ਕੇ ਆਏ ਜਿਸ ਨਾਲ ਆ ਹੋਰ ਫੇਮਸ ਹੋ ਗਏ। ਵੇਖਦੇ ਹੀ ਵੇਖਦੇ ਇੱਕ ਭਰਾ ਦਾ ਮੈਦਾਨ ਸ਼ਹਿਰ ਵਿੱਚ ਰਹਿ ਰਹੀ ਪੰਜਾਬੀ ਪਰਿਵਾਰ ਦੀ ਇਕਲੌਤੀ ਧੀ ਨਾਲ ਵਿਆਹ ਹੋ ਗਿਆ। ਇਸ ਦੌਰਾਨ ਇਹ ਬਹੁਤ ਅਮੀਰ ਹੋ ਗਏ ਤੇ ਇਹਨਾਂ ਦੀ ਮਿਹਨਤ ਨਾਲ ਇਹ ਬਹੁਤ ਜ਼ਿਆਦਾ ਅੱਗੇ ਵਧੇ। ਵੀਰ ਇੰਦਰਜੀਤ ਸਿੰਘ ਹਰਪੂਰਾ ਜੀ ਨੇ ਇਹਨਾਂ ਬਾਰੇ ਜੋ ਇਤਿਹਾਸ ਲਿਖਿਆ ਹੈ ਉਹਦੇ ਵਿੱਚ ਬੋਲਿਆ ਕਿ ਮੈਦਾਨ ਸ਼ਹਿਰ ਵਿੱਚ ਜਿਹੜੇ 16 ਸਿਨੇਮਾ ਸੀ ਉਹਦੇ ਵਿੱਚੋਂ 14 ਇਹਨਾਂ ਦੇ ਨਾਂ ਸੀ ਤੇ ਇਹ ਉਹਨਾਂ ਦੇ ਮਾਲਿਕ ਸੀ। ਕੁਛ ਸਾਲਾਂ ਲਈ ਇਹ ਮੈਦਾਨ ਸ਼ਹਿਰ ਵਿੱਚ ਰਹੇ ਤੇ ਉਹ ਤੋਂ ਬਾਅਦ ਇਹ ਆਪਣੇ ਪਿੰਡ ਵਾਪਿਸ ਆ ਗਏ ਤੇ ਜਦ ਵੀ ਦੂਜੇ ਭਰਾ ਦੇ ਵਿਆਹ ਦੀ ਗੱਲ ਚੱਲਦੀ ਇਹਨਾਂ ਦਾ ਘਰ ਵੇਖ ਕੇ ਵਿਆਹ ਤੇ ਰਿਸ਼ਤੇ ਵਾਲੇ ਵਾਪਿਸ ਚੱਲ ਜਾਂਦੇ ਸੀ ਤੇ ਇਹਨਾਂ ਨੇ ਦੋਨਾਂ ਨੇ ਸੋਚਿਆ ਫਿਰ ਕਿ ਇੰਨਾ ਪੈਸਾ ਹੋਣ ਦਾ ਕੀ ਫਾਇਦਾ ਜੇ ਇਹਨਾਂ ਦਾ ਰਿਸ਼ਤਾ ਹੀ ਨਹੀਂ ਹੋ ਰਿਹਾ। ਤੇ ਇਹਨਾਂ ਨੇ ਸੋਚਿਆ ਕਿ ਅਸੀਂ ਇੱਕ ਹਵੇਲੀ ਬਣਾਵਾਂਗੇ, ਇੱਕ ਆਲੀਸ਼ਾਨ ਕੋਠੀ ਤਿਆਰ ਕਰਾਂਗੇ। ਤੇ ਫਿਰ ਇਹਨਾਂ ਨੇ ਆਪਣੇ ਪਿੰਡ ਵਿੱਚ 100 ਏਕੜ ਦੀ ਜ਼ਮੀਨ ਲਈ ਤੇ ਹਵੇਲੀ ਨੂੰ ਬਣਾਉਣਾ ਸ਼ੁਰੂ ਕੀਤਾ। ਹਵੇਲੀ ਬਣਾਉਣ ਲਈ ਇਹਨਾਂ ਨੇ 2 ਪੱਠੇ ਲਾਏ ਤੇ ਬੋਲਿਆ ਜਾਂਦਾ ਹੈ ਇੱਥੇ 2 ਕਰੋੜ ਤੇ 40 ਲੱਖ ਦੇ ਕਰੀਬ ਇੱਟਾਂ ਲੱਗੀਆਂ ਸੀ। ਆਹ ਗੱਲ ਸੁਣਨ ਤਾਂ ਝੂਠੀ ਲੱਗਦੀ ਆ ਪਰ ਆਹ ਗੱਲ ਸੱਚੀ ਆ। ਜਿੱਦਾਂ ਅਸੀਂ ਵੇਖ ਪਾ ਰਹੇ ਹਾਂ ਕਿ ਇੱਥੇ ਦੀਆਂ ਦੀਵਾਰਾਂ ਬਹੁਤ ਮੋਟੀਆਂ ਨੇ ਤੇ ਵੇਖ ਕੇ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਥੇ ਇੰਨੀਆਂ ਇੱਟਾਂ ਜ਼ਰੂਰ ਯੂਜ਼ ਹੋਈਆਂ ਹੋਣੀਆਂ। ਜਦ ਇਹ ਹਵੇਲੀ ਬਣ ਰਹੀ ਸੀ ਤੇ ਆਖਿਆ ਜਾਂਦਾ ਹੈ ਕਿ ਬਟਾਲਿਓਂ ਲੋਹਾ ਮੰਗਾਇਆ ਜਾ ਰਿਹਾ ਸੀ ਜਿਹਦੇ ਕਰਕੇ ਬਟਾਲੇ ਸ਼ਹਿਰ ਦੇ ਲੋਕ ਬਹੁਤ ਜ਼ਿਆਦਾ ਹੈਰਾਨ ਸੀ ਕਿ ਇੰਨਾ ਲੋਹਾ ਲੱਗ ਕਿਤੇ ਰਿਹਾ ਕਿ ਬਟਾਲੇ ਦਾ ਲੋਹਾ ਖਤਮ ਹੋਣ ਨੂੰ ਆਇਆ ਤੇ ਲੋਕ ਦੂਰੋਂ ਦੂਰੋਂ ਵੇਖਣ ਜਾਂਦੇ ਸੀ ਕਿ ਇਹ ਬਣ ਕੀ ਰਿਹਾ ਘਰ। ਜਦ ਇਹ ਹਵੇਲੀ ਤਿਆਰ ਹੋ ਗਈ ਤੇ ਦੋਨਾਂ ਭਰਾਵਾਂ ਦੀ ਇਹਦੇ ਕਰਕੇ ਬਹੁਤ ਜ਼ਿਆਦਾ ਸ਼ਾਨੋ ਸ਼ੌਕਤ ਬਣ ਗਈ ਪੂਰੇ ਪਿੰਡ ਵਿੱਚ ਤੇ ਜਿਹੜੇ ਰੀਜ਼ਨ ਕਰਕੇ ਆ ਹਵੇਲੀ ਬਣ ਰਹੀ ਸੀ। ਹਾਂਜੀ, ਛੋਟੇ ਭਰਾ ਦਾ ਵਿਆਹ ਉਹ ਵੀ ਹੋ ਗਿਆ ਪਰ ਬੋਲਿਆ ਜਾਂਦਾ ਹੈ ਕਿ ਦੋਵੇਂ ਭਰਾ ਸਿਰਫ 4 ਤੋਂ 5 ਸਾਲ ਹੀ ਇਸ ਹਵੇਲੀ ਵਿੱਚ ਰਹੇ। ਉਹ ਤੋਂ ਬਾਅਦ ਉਹ ਆਪਣੀ ਵਹੁਟੀਆਂ ਨਾਲ ਇੰਡੋਨੇਸ਼ੀਆ ਹੀ ਚੱਲ ਗਏ। ਉੱਥੇ ਉਹਨਾਂ ਨੇ ਆਪਣਾ ਬਿਜ਼ਨਸ ਸਟਾਰਟ ਕੀਤਾ ਤੇ ਹੌਲੀ ਹੌਲੀ ਉਹਨਾਂ ਨੇ ਹੋਰ ਕੰਟਰੀਆਂ ਵਿੱਚ ਵੀ ਆਪਣਾ ਬਿਜ਼ਨਸ ਵਧਾਇਆ। ਉਹਨਾਂ ਜੀ ਦੇ ਪਰਿਵਾਰ ਦੇ ਇੱਕ ਵਾਰਿਸ ਜਿਨ੍ਹਾਂ ਦਾ ਨਾਂ ਬਲਵਿੰਦਰ ਸਿੰਘ ਸੀ ਉਹ ਵੀ ਇੱਕ ਵਾਰੀ ਇੱਥੇ ਰਹਿਣ ਆਏ ਸੀ ਪਰ ਉਹ ਵੀ ਥੋੜ੍ਹੇ ਟਾਈਮ ਬਾਅਦ ਇੱਥੋਂ ਚੱਲ ਗਏ ਸੀ। ਆਖਿਰਕਾਰ 1965 ਦੇ ਕਰੀਬ ਆ ਹਵੇਲੀ ਬਿਲਕੁਲ ਸੁਨਸਾਨ ਪੈ ਗਈ। ਲੋਕਾਂ ਨੇ ਇਹਨਾਂ ਦੇ ਬਾਹਰਲੇ ਪਾਰਟ ਤੋੜਨਾ ਸ਼ੁਰੂ ਕਰ ਦਿੱਤੇ ਤੇ ਇਹ ਹਵੇਲੀ ਬਿਲਕੁਲ ਖੰਡਰ ਹੀ ਹੋ ਗਈ। ਹਵੇਲੀ ਦੇ ਦਰਵਾਜ਼ੇ, ਰੋਸ਼ਨਦਾਨ ਸਾਰਾ ਕੁਛ ਟੁੱਟੀ ਚੁੱਕਿਆ, ਹੁਣ ਆਲਮੋਸਟ ਸਾਰਾ ਕੁਛ ਹੀ ਟੁੱਟਿਆ ਪਿਆ ਵਾ। ਜਿੱਦਾਂ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਹਾਂ ਤੇ ਅਸੀਂ ਜਾਣਦੇ ਹਾਂ ਕਿ ਇੰਡੀਆ ਦੇ ਵਿੱਚ ਲੋਕਾਂ ਨੂੰ ਹਿਸਟੋਰੀਕਲ ਪਲੇਸਿਸ ਦੀ ਬਹੁਤ ਕਦਰ ਨਹੀਂ ਹੈਗੀ। ਜੇ ਕੋਈ ਬਾਹਰਲਾ ਸ਼ਹਿਰ ਹੁੰਦਾ ਤੇ ਹਿਸਟੋਰੀਕਲ ਪਲੇਸ, 100 ਸਾਲ ਪੁਰਾਣੀ ਪਲੇਸ ਨੂੰ ਵੇਖਦੇ ਹੋਏ ਉਹ ਇੱਥੇ ਟਿਕਟਾਂ ਲਾਉਂਦੇ ਤੇ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ, ਪਰ ਇੰਡੀਆ ਵਿੱਚ ਤਾਂ ਹਿਸਾਬ ਹੀ ਹੋ ਰਿਹਾ। ਉਹ ਕਹਿੰਦੇ ਨੇ ਨਾ, ਜਦ ਲੋਕਾਂ ਦੇ ਕੋਲ ਕੁਛ ਹੁੰਦਾ ਆ ਤਾਂ ਉਹਨਾਂ ਨੂੰ ਕਦਰ ਨਹੀਂ ਹੁੰਦੀ, ਜਦ ਨਹੀਂ ਹੋਊਗਾ ਤਾਂ ਹੀ ਲੋਕ ਉਹਦੀ ਕਦਰ ਕਰਨਗੇ। ਉਹੀ ਹਿਸਾਬ ਸਾਡਾ ਇੰਡੀਅਨਸ ਦਾ ਹੈਗਾ ਵਾ। ਜਦ ਮੈਂ ਆਹ ਥਾਂ 'ਤੇ ਘੁੰਮਦੀ ਪਈ ਸੀ ਤਾਂ ਮੇਰੇ ਦਿਲ ਵਿੱਚ ਇੱਕੋ ਗੱਲ ਆਉਂਦੀ ਪਈ ਸੀ ਕਿ ਸਾਡੇ ਦੇਸ਼ ਵਾਸੀਆਂ ਨੂੰ ਪੂਰਾ ਦਾ ਪੂਰਾ ਰਾਈਟ ਆ ਕਿ ਉਹ ਗਵਰਨਮੈਂਟ ਨੂੰ ਆਖਣ ਕਿ ਸਾਡੀਆਂ ਹਿਸਟੋਰੀਕਲ ਪਲੇਸਿਸ ਨੂੰ ਰੈਨੋਵੇਟ ਕੀਤਾ ਜਾਵੇ ਅਤੇ ਇਹ ਬਹੁਤ ਸੋਹਣੀਆਂ ਪਲੇਸਿਸ ਨੇ, ਸਾਨੂੰ ਪੁਰਾਣਿਕ ਥਾਵਾਂ ਦੀ ਕਦਰ ਕਰਨੀ ਚਾਹੀਦੀ ਆ। ਆਹ ਹਵੇਲੀ ਬਣਾਉਣ ਵਾਲੇ ਤਾਂ ਮਿੱਟੀ ਹੋ ਗਏ ਪਰ ਅੱਜ ਇੰਨੇ ਸਾਲਾਂ ਬਾਅਦ ਵੀ ਆਪਣੀ ਨਿਸ਼ਾਨੀ ਛੱਡ ਗਏ ਜਿਹੜੀ ਕਿ ਆਹ ਹਵੇਲੀ ਆ ਜਿਹਦੀ ਅਸੀਂ ਕੋਈ ਕਦਰ ਨਹੀਂ ਕਰਦੇ। ਪਰ ਹੌਲੀ ਹੌਲੀ ਲੋਕਾਂ ਨੂੰ ਇਹਦੀ ਕਦਰ ਕਰਨਾ ਆ ਜੂਗੀ ਅਤੇ ਜਿੱਦਾਂ ਅਸੀਂ ਜਾਣਦੇ ਹਾਂ ਹੁਣ ਇੱਥੇ ਕਾਫੀ ਸਾਰੇ ਸ਼ੂਟ ਹੁੰਦੇ ਨੇ ਅਤੇ ਸ਼ੂਟ ਕੀਤੇ ਜਾ ਰਹੇ ਨੇ ਜਿਹਦੇ ਕਰਕੇ ਆਹ ਹਵੇਲੀ ਨੂੰ ਜਾਣਿਆ ਜਾ ਰਿਹਾ ਹੈ ਕਿ ਇੱਦਾਂ ਦੀ ਕੋਈ ਹਵੇਲੀ ਸਾਡੇ ਬਟਾਲੇ ਸ਼ਹਿਰ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਵੀ ਹੈਗੀ। ਅੱਜ ਵੀ ਇਸ ਹਵੇਲੀ ਨੂੰ ਬਣੇ ਹੋਏ 110 ਸਾਲਾਂ ਤੋਂ ਵੱਧ ਹੋ ਗਿਆ ਅਤੇ ਅੱਜ ਵੀ ਆਹ ਹਵੇਲੀ ਉੱਦਾਂ ਦੀ ਉੱਦਾਂ ਹੀ ਖੜੀ ਆ ਕਿਉਂਕਿ ਇਹਦੇ ਗਾਰਡਰ ਬਹੁਤ ਜ਼ਿਆਦਾ ਮਜ਼ਬੂਤ ਨੇ।
ਆ ਹਵੇਲੀ 4 ਮੰਜ਼ਲਾ ਬਣੀ ਆ, ਉਹ ਵੀ ਉਸ ਸਮੇਂ ਤੇ 4 ਮੰਜ਼ਲ ਬਣੀ ਸੀ ਜਿਹੜੇ ਸਮਿਆਂ ਵਿੱਚ ਲੋਕਾਂ ਦੇ ਕੱਚੇ ਘਰ ਹੁੰਦੇ ਸੀ, ਕੋਈ ਵੀ ਪੱਕਾ ਘਰ ਨਹੀਂ ਹੁੰਦਾ ਸੀ ਪਿੰਡਾਂ ਵਿੱਚ। ਅੱਜ ਦੇ ਟਾਈਮ 'ਤੇ ਵੀ ਲੋਕ ਜ਼ਿਆਦਾ ਤੋਂ ਜ਼ਿਆਦਾ 3 ਮੰਜ਼ਲੀ ਘਰ ਬਣਾਉਂਦੇ ਨੇ, 4 ਮੰਜ਼ਲਾਂ ਤੱਕ ਕੋਈ ਵੀ ਨਹੀਂ ਪਹੁੰਚਦਾ। ਅਤੇ ਅਸੀਂ ਵੇਖ ਹੀ ਸਕਦੇ ਹਾਂ ਕਿੰਨੀ ਸੋਹਣੀ ਹਵੇਲੀ ਰੈਡੀ ਕੀਤੀ ਗਈ ਆ, ਉਹ ਵੀ ਉਸ ਜ਼ਮਾਨੇ ਵਿੱਚ ਜਿਸ ਜ਼ਮਾਨੇ 'ਚ ਇੱਦਾਂ ਦੀ ਹਵੇਲੀਆਂ ਬਹੁਤ ਘੱਟ ਤਿਆਰ ਕੀਤੀਆਂ ਜਾਂਦੀਆਂ ਸੀ। ਆਖਿਆ ਜਾਂਦਾ ਹੈ ਕਿ ਇੱਥੇ ਦਰਵਾਜ਼ੇ ਵੀ ਸੀ, ਉਹ ਵੀ ਜਿਹੜੇ ਸੋਨੇ ਨਾਲ ਬਣਾਏ ਹੋਏ ਸੀ, ਅਤੇ 4th ਮੰਜ਼ਿਲ 'ਤੇ ਜਿਹੜੇ ਗੁੰਬਦ ਸੀ ਉਹ ਵੀ ਸੋਨੇ ਨਾਲ ਜੜੇ ਹੋਏ ਸੀ। ਅਤੇ ਨਾਲੇ ਆਖਿਆ ਜਾਂਦਾ ਹੈ ਕਿ ਇਹਦੇ ਅੱਗੇ ਪਿੱਛੇ ਜਿਹੜੀਆਂ ਲਾਈਟਾਂ ਦਾ ਕੰਮ ਕਰਦੇ ਆ, ਜਾਂ ਕਹਿ ਸਕਦੇ ਹਾਂ ਫੁੱਲਦਾਨ ਵਾਂਗੂ ਵੀ ਲੱਗਦੇ ਪਏ ਆ। ਇਹ ਹਵੇਲੀ ਵਿੱਚ ਦਰਵਾਜ਼ੇ ਹੀ ਦਰਵਾਜ਼ੇ ਆ, ਅਤੇ ਰੋਸ਼ਨਦਾਨ ਹੀ ਰੋਸ਼ਨਦਾਨ ਆ। ਇੰਨੀ ਖੁੱਲ੍ਹੀ ਹਵੇਲੀ ਆ ਅਤੇ ਹਵਾਦਾਰ ਹਵੇਲੀ ਆ ਬਿਲਕੁਲ। ਅਤੇ ਇਹਦੇ ਅੱਗੇ ਜਿਹੜਾ ਗਰਾਊਂਡ ਆ ਉਹ ਵੀ ਇਸ ਹਵੇਲੀ ਦਾ ਹੀ ਪਾਰਟ ਆ। ਹਵੇਲੀ ਦੀ ਹਿਸਟਰੀ ਬਾਰੇ ਕਾਫੀ ਸਟੱਡੀ ਕੀਤਾ ਸੀ ਅਤੇ ਮੈਂ ਆਹ ਹਵੇਲੀ ਨੂੰ ਵਿਜ਼ਿਟ ਕਰਨਾ ਚਾਹੁੰਦੀ ਸੀ। ਜਿੱਦਾਂ ਮੈਂ ਅੰਮ੍ਰਿਤਸਰ ਸ਼ਹਿਰ ਤੋਂ ਹਾਂ, ਪਰ ਮੈਨੂੰ ਬਹੁਤ ਇੰਟਰਸਟ ਆ ਹਿਸਟੋਰੀਕਲ ਪਲੇਸਿਸ ਦਾ, ਅਤੇ ਮੈਂ ਸੋਚਿਆ ਕਿ ਮੈਨੂੰ ਇੱਥੇ ਵਿਜ਼ਿਟ ਕਰਨਾ ਚਾਹੀਦਾ, ਅਤੇ ਮੈਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਆਪਣੇ ਨਾਲ ਇੱਥੇ ਸੈਰ ਕਰਾਵਾਂ। ਵਿਜ਼ਿਟ ਅਤੇ ਐਫਰਟ ਤੁਹਾਨੂੰ ਸਾਰਿਆਂ ਨੂੰ ਸਮਝਾਉਣ ਲਈ ਕਿ ਸਾਨੂੰ ਸਾਡੀ ਹਿਸਟੋਰੀਕਲ ਪੁਰਾਣਿਕ ਥਾਵਾਂ ਦੀ ਕਦਰ ਕਰਨੀ ਚਾਹੀਦੀ ਆ। ਪਸੰਦ ਆਈ ਹੋਊਗੀ, ਜੇ ਤੁਹਾਨੂੰ ਆ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਵੀਡੀਓ ਨੂੰ ਥੰਬਸ ਅਪ ਆਣੀ ਕਿ ਲਾਈਕ ਜ਼ਰੂਰ ਕਰਿਓ। ਮੈਂ ਫਿਰ ਤੋਂ ਆਵਾਂਗੀ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ, ਅਤੇ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਜਾਣ ਦੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ।